ਸਤਿ ਸ਼੍ਰੀ ਅਕਾਲ, ਮੈਂ ਸਿਮਰਨਜੋਤ ਸਿੰਘ ਮੱਕੜ। ਇਸ ਵੇਲੇ ਤੁਸੀਂ ਦੇਖ ਰਹੇ ਹੋ SMTV। ਮੁੱਖ ਮੰਤਰੀ ਧਮਕਬੇਸ ਵਾਲੇ ਦੇ ਕੁੱਟਮਾਰ ਮਾਮਲੇ 'ਚ ਇੱਕ ਨਵੀਂ ਵੀਡੀਓ ਸਾਹਮਣੇ ਆਈ ਹੈ, ਜਿਹਦੇ 'ਚ ਕਿਸੇ ਪੱਤਰਕਾਰ ਨਾਲ ਉਹ ਗੱਲ ਕਰਦੇ ਹੋਏ ਕਹਿ ਰਿਹਾ ਕਿ ਉਸ ਦੇ ਵੱਲੋਂ ਵੀ ਗ੍ਰੰਥੀ ਸਿੰਘ ਦੀ ਪੱਗ ਲਾਈ ਗਈ ਸੀ। ਔਰ ਅੱਜ ਸਿੱਖ ਜਥੇਬੰਦੀਆਂ ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਭਾਈ ਪਰਮਜੀਤ ਸਿੰਘ ਅਕਾਲੀ ਔਰ ਹੋਰ ਸਿੰਘ ਵੀ ਇਸ ਨੌਜਵਾਨ ਕੋਲ ਜਾ ਕੇ ਆਏ ਸੀ। ਇਸ ਵੇਲੇ ਸਾਡੇ ਨਾਲ ਭਾਈ ਪਰਮਜੀਤ ਸਿੰਘ ਅਕਾਲੀ ਜੁੜੇ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਭਾਈ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਭਾਈ ਸਾਹਿਬ, ਇਹ ਪੂਰੇ ਮਾਮਲੇ ਨੂੰ ਤੁਸੀਂ ਕਿਵੇਂ ਅੰਡਰਸਟੈਂਡ ਕੀਤਾ? ਲੋਕ ਕਹਿ ਰਹੇ ਆ ਕਿ ਜਿਹੜੇ ਲੋਕ ਉਹਦੇ ਹੱਕ 'ਚ ਆਏ ਸੀ, ਕਿਉਂਕਿ ਮੈਂ ਵੀ ਇਸ ਬਾਰੇ ਬੋਲਿਆ ਸੀਗਾ ਕਿ ਕੇਸਾਂ ਤੋਂ ਫੜ ਕੇ ਪੁਲਿਸ ਨੇ ਗਲਤ ਕੀਤਾ, ਹੁਣ ਉਹ ਕਹਿ ਰਹੇ ਆ ਕਿ ਨੌਜਵਾਨ ਪਾਗਲ ਹੈ, ਇਹਨੇ ਤਾਂ ਆਪ ਗ੍ਰੰਥੀ ਸਿੰਘ ਦੀ ਪੱਗ ਲਾਈ ਹੈ ਔਰ ਤੁਸੀਂ ਇਹਦੇ ਹੱਕ 'ਚ ਆ ਰਹੇ ਹੋ। ਤੁਸੀਂ ਕੀ ਸਮਝਿਆ ਇਸ ਪੂਰੇ ਮਾਮਲੇ ਨੂੰ? ਜੋ ਅਸੀਂ ਦੇਖਿਆ ਤੇ ਸਮਝਿਆ ਨਾ ਜੀ, ਮੈਂ ਤੁਹਾਨੂੰ ਇਹਨੂੰ ਬਿਨ ਉਦਾਂ ਹੀ ਬਿਆਨ ਕਰੂੰਗਾ। ਜੀ ਇੱਕ ਪਹਿਲੀ ਗੱਲ ਤੇ ਸਮਝਣ ਵਾਲੀ ਇਹ ਆ ਵੀ ਜੇ ਮੰਨ ਲਓ ਇੱਕ ਮਿੰਟ ਵਾਸਤੇ ਵੀ ਉਹਨੇ ਪੱਗ ਲਾਈ ਹੁੰਦੀ ਗੁਰੂ ਸਿੰਘ ਦੀ, ਜੀ ਜਦੋਂ ਉੱਥੇ ਅਸੀਂ ਗਏ ਹਾਂ ਸਾਰੇ ਪਿੰਡ ਦੀ ਪੰਚਾਇਤ ਸਾਨੂੰ ਮਿਲੀ ਆ, ਜੀ ਜਿਹਦੇ ਨਾਲ ਜਿਹੜੇ ਘਰ ਦੇ ਜੀਆਂ ਨਾਲ ਉਹਦਾ ਝਗੜਾ ਹੋਇਆ ਉਹ ਵੀ ਸਾਰੇ ਉੱਥੇ ਖੜੇ ਸੀ, ਤੇ ਜਿਸ ਗ੍ਰੰਥੀ ਸਿੰਘ ਦੀ ਗੱਲ ਕਰ ਰਹੇ ਆ ਉਹ ਵੀ ਉੱਥੇ ਖੜਿਆ ਸੀ। ਜੀ ਉਹਦੇ ਸਰੀਕੇ ਦੇ ਵਿੱਚੋਂ ਜਿਵੇਂ ਪਿੰਡਾਂ 'ਚ ਸਰੀਕਾ ਹੁੰਦਾ ਨਾ, ਸਰੀਕੇ ਦੇ ਵਿੱਚੋਂ ਹੀ ਕੋਈ ਰਿਸ਼ਤੇਦਾਰੀ ਆਉਂਦੀ। ਜੀ ਹੁਣ ਗੱਲ ਇਹ ਆ ਵੀ ਜਦੋਂ ਉੱਥੇ ਅਸੀਂ ਖੜੇ ਹਾਂ, ਪਿੰਡ ਦੀ ਪੰਚਾਇਤ ਖੜੀ ਆ, ਤੇ ਉਸੇ ਪਿੰਡ ਦੀ ਪੰਚਾਇਤ ਨੇ ਉਹਦਾ ਮੁੱਖ ਮੰਤਰੀ ਦਾ ਤੇ ਉਹਦਾ ਬਾਪੂ ਦਾ ਜਿਹੜਾ ਝਗੜਾ ਹੋਇਆ ਜਿਹਦੇ ਨਾਲ ਉਹਦਾ ਰਾਜੀਨਾਮਾ ਕਰਵਾਇਆ, ਸਾਡੇ ਜਾਣ ਤੋਂ ਪਹਿਲਾਂ ਹੋ ਗਿਆ ਸੀ ਰਾਜੀਨਾਮਾ ਠੀਕ ਹੈ ਉਹਨਾਂ ਦਾ ਆਪਸ ਦੇ ਠੀਕ ਕੇਸ ਹੈ ਲੈਵਲ ਦੇ ਉੱਤੇ। ਉਹਨਾਂ ਨੇ ਆਪਣੀ ਕੰਪਲੇਂਟ ਕਹੀ ਸੀ, ਉਹ ਵਾਪਸ ਲੈ ਲਈ ਸੀ ਜਿਹੜੀ ਉਹਨੇ ਦਿੱਤੀ ਸੀ ਉਹਨਾਂ ਨੇ ਮੁੱਖ ਮੰਤਰੀ ਦੇ ਉੱਤੇ। ਜੀ ਜੇਕਰ ਕੋਈ ਦਸਤਾਰ ਦਾ ਮਸਲਾ ਹੁੰਦਾ ਸਭ ਤੋਂ ਵੱਡੀ ਗੱਲ ਇਹ, ਤੇ ਸਾਨੂੰ ਉੱਥੇ ਗਿਆਨ ਪਤਾ ਲੱਗਣਾ ਲੱਗਣਾ ਸੀ ਨਾ ਜ਼ਰੂਰ, ਕਿਉਂਕਿ ਉਹ ਪਿੰਡ ਦੇ ਬੰਦੇ ਸਾਨੂੰ ਦੱਸਦੇ ਜਾਂ ਉਹ ਗ੍ਰੰਥੀ ਸਿੰਘ ਸਾਨੂੰ ਖੁਦ ਦੱਸਦਾ ਕਿ ਮੇਰੀ ਪੱਗ ਲਾਈ ਉਹਨਾਂ ਨੇ ਇਹਨੇ ਜੀ। ਬਿਲਕੁਲ ਉਹ ਤਾਂ ਜਦੋਂ ਉਹ ਰੋੜੇ ਮਾਰ ਰਿਹਾ ਸੀਗਾ ਤੇ ਉਹ ਬਾਪੂ ਕਹਿੰਦਾ ਮੈਂ ਕੋਠੇ ਤੇ ਸੀਗਾ ਜੀ ਤੇ, ਜੀ ਉਹ ਥੱਲਿਓ ਰੋੜੇ ਮਾਰੀ ਗਿਆ ਤੇ ਸ਼ਾਇਦ ਗਾਲਾਂ ਨਿਕਲਣ ਕੱਢੀਆਂ, ਇਹ ਚਲੋ ਹੈ ਗਾਲਾਂ ਕੱਢੀਆਂ ਉਹਨੇ। ਪਰ ਭਾਈ ਸਾਹਿਬ, ਇਹ ਗੱਲ ਤਾਂ ਇਹ ਨੌਜਵਾਨ ਆਪ ਹੀ ਕਹਿ ਰਿਹਾ, ਕਿਸੇ ਹੋਰ ਨੇ ਨਹੀਂ ਕਹੀ? ਤੁਸੀਂ ਨਾ ਮੱਕੜ ਸਾਹਿਬ ਜਦੋਂ ਟਾਈਮ ਕੱਢ ਕੇ ਜਾਓ ਉਹਦੇ ਕੋਲ, ਜੀ ਤੁਸੀਂ 10 ਮਿੰਟ ਬਹਿ ਜਾਓ ਤੇ ਲਾ ਕੇ ਤੁਹਾਨੂੰ ਸਮਝ ਆ ਜਾਊਗੀ ਵੀ ਇਹ ਕੀ ਖੇਡ ਆ ਦਿਮਾਗੀ ਤੌਰ ਤੇ। ਉਹ ਇੱਕੋ ਗੱਲ ਕਰਕੇ ਨਾ ਜੇ ਆਪਣੀ ਗੱਲ ਕਰਕੇ ਅਗਲੀ ਵਾਰੀ ਉਸ ਗੱਲ ਤੋਂ ਮੁੱਕਰ ਜਾਂਦਾ। ਕੀ ਨੌਜਵਾਨ ਦੀ ਦਿਮਾਗੀ ਹਾਲਤ ਇਹਦੀ ਧਮਕਬੇਸ ਵਾਲੇ ਮੁੱਖ ਮੰਤਰੀ ਦੀ ਠੀਕ ਨਹੀਂ ਹੈ, ਤੁਹਾਨੂੰ ਇਹ ਲੱਗਦਾ ਹੈ? ਮੈਨੂੰ ਐਂ ਲੱਗਦਾ ਵੀ ਪਾਗਲ ਨਹੀਂ ਕਹਿ ਸਕਦੇ ਪਰ ਡਿਪਰੈਸ਼ਨ ਦੇ ਵਿੱਚ ਆ ਤੇ ਚਿੜਚਿੜਾ ਹੋ ਗਿਆ ਵਾ, ਕੀ ਜਿਹੜੇ ਜਿਹੜਾ ਇਹਦਾ ਇਹਨੂੰ ਵਰਤਿਆ ਗਿਆ, ਤੁਸੀਂ ਵੀ ਗੱਲ ਕਰ ਰਹੇ ਹੋ ਆਪਣੀ ਵੀਡੀਓ ਦੇ ਵਿੱਚ ਕਿ ਵਰਤਿਆ ਗਿਆ ਇਹਨੂੰ, ਔਰ ਜਿਹੜੇ ਪਹਿਲਾਂ ਗਾਣੇ ਗਾਉਣ ਵਾਲਿਆਂ ਨੇ ਆਪਣੇ ਪੈਸੇ ਕਮਾਏ ਔਰ ਉਦੋਂ ਬਾਅਦ ਇਹਨੂੰ ਚੱਲਦਾ ਕਰਤਾ, ਉਸ ਗੱਲ ਕਰਕੇ ਵੀ ਹੋ ਸਕਦਾ ਇਹਦੇ ਦਿਮਾਗ ਤੇ ਅਸਰ ਪਿਆ ਹੋਵੇ? ਉਹਦਾ ਜ਼ਿਆਦਾ ਪਿਆ ਜੀ, ਕਿਉਂਕਿ ਉਹਨੇ ਉਹ ਸਾਨੂੰ ਕੱਲ ਬਾਰ ਬਾਰ ਜਦੋਂ ਗੱਲ ਕਰਦੇ ਸੀ ਕਹਿੰਦਾ ਸੀ ਕਿ ਇਹ ਮੈਨੂੰ ਬਹੁਤ ਜ਼ਿਆਦਾ ਸਤਾਉਂਦੇ ਆ ਪਿੰਡ ਵਾਲੇ, ਮੈਨੂੰ ਇੱਥੋਂ ਲੈ ਜਾਓ ਬਾਬਾ ਜੀ, ਇੱਕੋ ਗੱਲ ਬਾਰ ਬਾਰ ਕਰੀ ਜਾਂਦਾ ਸੀ। ਹੁਣ ਮੈਨੂੰ ਸ਼ਾਮੀ ਉਹਦਾ ਫੋਨ ਵੀ ਆਇਆ ਜੀ ਤੇ ਹੁਣ ਵੀ ਇੱਕੋ ਗੱਲ ਕਰੀ ਜਾਂਦਾ ਉਹ, ਕਿ ਉਦੋਂ ਵੀ ਕਹੀ ਜਾਂਦਾ ਸੀ ਕਿ ਮੈਨੂੰ ਇੱਥੋਂ ਲੈ ਜਾਓ, ਇਹ ਮੈਨੂੰ ਬਹੁਤ ਸਤਾਉਂਦੇ ਆ, ਇਹ ਮੈਨੂੰ ਬੜਾ ਗੰਦਾ ਮਜ਼ਾਕ ਕਰਦੇ ਆ। ਉਹ ਜਿਹੜੀ ਕੁੜੀ ਸੀ ਮੈਂ ਨਾਂ ਨਹੀਂ ਸੀ ਲੈਣਾ ਚਾਹੁੰਦਾ ਜਿਹਦੇ ਨਾਲ ਕਰਦਾ ਸੀ, ਉੱਥੇ ਜਦੋਂ ਗਿਆ ਸੀ ਚੰਡੀਗੜ੍ਹ
ਗਾਣੇ ਗੁਣੇ ਦੇ ਤਿਆਰ ਦੇ ਵਿੱਚ ਸੋਨੀ ਮਾਨ, ਚਲੋ ਹਾਂ ਮੈਨੂੰ ਨਾਮ ਸੀ ਯਾਦ, ਉਹਦਾ ਨਾਂ ਲੈ ਲੈ ਕੇ ਚੜਾਉਂਦੇ ਆ, ਭੱਦਾ ਮਜ਼ਾਕ ਕਰਦੇ ਆ ਪਿੰਡ ਦੇ ਵਿੱਚ, ਸਾਰੇ ਨਹੀਂ ਹੋ ਸਕਦੇ ਪਰ ਤੁਹਾਨੂੰ ਤਾਂ ਚੰਦ ਲੋਕ ਹੁੰਦੇ ਨੇ ਪਿੰਡ ਦੇ ਵਿੱਚ ਏਦਾਂ ਦੇ, ਜੇ ਮਜ਼ਾਕ ਮਜ਼ੂਕ ਕਰੀ ਜਾਂਦੇ ਜਰੂਰ ਚ, ਉਹ ਮੈਂ ਉਹਦੀਆਂ ਗੱਲਾਂ ਤੋਂ ਇਹ ਸਵਾਲ ਹੈ ਕਿ ਉਹ ਚਿੜਚਿੜਾ ਹੋ ਗਿਆ ਬਹੁਤ ਜ਼ਿਆਦਾ, ਤੇ ਉਹ ਹਰ ਗੱਲ ਜਿਹੜੀ ਹੈ ਨਾ ਉਹਨੂੰ ਜਦੋਂ ਕੋਈ ਕੀਤੀ ਜਾਂਦੀ ਹੈ ਤੇ ਉਹ ਕ੍ਰੋਧ ਵਿੱਚ ਇੱਕ ਮਿੰਟ ਵਿੱਚ ਆ ਜਾਂਦਾ ਜੀ, ਇੱਕ ਮਿੰਟ 'ਚ ਸ਼ਾਂਤ ਹੋ ਜਾਂਦਾ। ਸੋ ਮੈਨੂੰ ਲੱਗਦਾ ਵੀ ਉਹ ਚੀਜ਼ ਨੇ ਉਹਦੇ 'ਤੇ ਬੜਾ ਅਸਰ ਕੀਤਾ ਵਾ, ਕਿਉਂਕਿ ਕੁਛ ਦਮਾਂ ਪਹਿਲਾਂ ਜਦੋਂ ਉੱਥੋਂ ਇਹ ਆਇਆ ਸੀਗਾ ਜੀ, ਜੇ ਤੁਹਾਡੀ ਜਾਣਕਾਰੀ 'ਚ ਹੋਵੇ ਵੀ ਇਹਨੂੰ ਕੁਛ ਸੱਜਣ ਜਿਹੜੇ ਸੀ ਉਹ ਕਾਰਸੇ ਵਾਲੇ ਬਾਬਿਆਂ ਕੋਲ ਛੱਡ ਆਏ ਸੀ ਤਰਨ ਤਾਰਨ ਸ਼ਾਇਦ, ਜੀ ਜੀ ਤੇ ਮੈਂ ਉਹਨੂੰ ਪੁੱਛਿਆ ਵੀ ਤੂੰ ਉੱਥੇ ਗਿਆ ਸੀ ਉੱਥੋਂ ਕਿਉਂ ਆ, ਕਹਿੰਦਾ ਮੈਨੂੰ ਉੱਥੇ ਵੀ ਮਜ਼ਾਕ ਕਰਦੇ ਸੀ ਬੰਦੇ ਇਹਦਾ ਨਾ। ਮੈਨੂੰ ਇਹ ਵੀ ਪਤਾ ਲੱਗਿਆ ਫਿਰ ਇੱਕ ਨਿੱਜੀ ਚੈਨਲ ਦੇ ਵਿੱਚ ਵੀ ਉਹਨਾਂ ਨੇ ਵੀ ਸੱਦ ਲਿਆ ਸੀਗਾ ਕਿ ਤੈਨੂੰ ਅਸੀਂ ਕੰਮ ਦੇਵਾਂਗੇ, ਉਸ ਤੋਂ ਬਾਅਦ ਉੱਥੋਂ ਵੀ ਉਹਨਾਂ ਨੇ ਇਹਨੂੰ ਚੱਲਦਾ ਕਰਤਾ ਨੌਜਵਾਨ ਨੂੰ ਪਟਿਆਲੇ। ਹਾਂਜੀ ਹਾਂਜੀ ਹਾਂ, ਬੌਂਡ ਬੌਂਡ ਕੀਤਾ ਸੀ ਕੋਈ ਸ਼ਾਇਦ ਗੁਰਬਾਣੀ ਦੇ ਸੰਬੰਧ ਵਿੱਚ ਤੇ ਮੁੜਕੇ, ਪਰ ਉਹਨਾਂ ਨੇ ਨਹੀਂ ਕੀਤਾ ਕਿਉਂਕਿ ਉਹ ਹੈ ਇੱਦਾਂ ਦਾ ਸਿਸਟਮ ਮੌਜੂਦਾ, ਮਤਲਬ ਉਹਨੂੰ ਅਸਲ 'ਚ ਨਾ ਸਾਂਭਣ ਦੀ ਲੋੜ ਆ। ਹੁਣ ਜਿਹੜਾ ਤਾਂ ਮਾਂ ਬਾਪ ਆ ਜੀ, ਘਰ ਆ ਜਿਹੜਾ ਉਹ ਕੰਡੀਸ਼ਨ ਇੱਦਾਂ ਦੀ ਆ ਵੀ ਬਹੁਤ ਜਿਵੇਂ ਸਿੱਧੇ ਬਿਲਕੁਲ ਸਿੱਧੇ ਬੰਦੇ ਨੇ ਉਹ, ਕੋਈ ਵਿਗਵਾਲ ਨਹੀਂ ਪਰਿਵਾਰ 'ਚ, ਆਮ ਜਿਹਾ ਪਰਿਵਾਰ ਆ ਤੇ ਕੋਈ ਕਾਰੋਬਾਰ ਨਹੀਂ ਹੈਗਾ ਏਡਾ ਵੱਡਾ, ਜਿਹੜੀ ਦਿਹਾੜੀ ਪਿੰਡ 'ਚ ਮਿਲ ਗਈ ਲਾ ਲਈ ਉਹੀ ਖਾ ਲਈ, ਤੇ ਏਦਾਂ ਦਾ ਸਿਸਟਮ ਏਦਾਂ ਦਾ ਵਾ। ਪਰ ਜਿਹੜਾ 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 ਤੁਸੀਂ ਜਿਵੇਂ ਵੀਡੀਓ 'ਚ ਵੀ ਕਹਿ ਰਹੇ ਸੀ ਇਹਦੀ ਫਾਈਨੈਂਸ਼ੀਅਲੀ ਹਾਲਤ ਕੋਈ ਬਹੁਤੀ ਚੰਗੀ ਨਹੀਂ, ਘਰ ਵੀ ਮੈਂ ਵੀਡੀਓ 'ਚ ਦੇਖ ਰਿਹਾ ਮੇਰੇ ਖਿਆਲ ਉਹ ਕਮਰੇ ਜਿਹੜੇ ਪਾਏ ਪਾਏ ਹੈ, ਜਿਹੜਾ 2-3 ਸਾਲ ਇਹਨੇ ਉਹਨਾਂ ਨਾਲ ਕੰਮ ਕੀਤਾ ਗਾਣੇ ਕੱਢੇ, ਕੀ ਉੱਥੋਂ ਪੈਸਾ ਨਹੀਂ ਜੁੜਿਆ ਜੀ ਇਹਨੂੰ? ਦੇਖੋ ਜੋ ਜਿੰਨਾ ਕੁ ਮੈਂ ਕੱਲ ਦਾ ਪਤਾ ਕੀਤਾ ਜਾਂ ਉਸ ਤੋਂ ਪਹਿਲਾਂ ਜਾਂ ਪਿੰਡੋਂ ਵੀ ਸਾਨੂੰ ਬੰਦਿਆਂ ਨੇ ਦੱਸਿਆ ਵੀ ਉਹਨਾਂ ਨੇ ਉਹ 2 ਕਮਰੇ ਛੋਟਾ ਜਿਹਾ ਬਰਾਮਦਾ ਰਸੋਈ ਢਾਂਚਾ ਜਿਹੜਾ ਖੜਾ ਕੀਤਾ ਵਾ, ਕੋਈ ਦਰਵਾਜ਼ੇ ਨਹੀਂ ਲਵਾਏ, ਕੋਈ ਪਲਸਤਰ ਨਹੀਂ ਕੀਤਾ ਹਨਾ, ਕੋਈ ਫਰਸ਼ ਨਹੀਂ ਪਾਏ, ਤੇ ਉਹ ਉਹਨਾਂ ਦਾ ਕਹਿਣਾ ਵਾ ਉਸ ਸਮੇਂ ਮਤਲਬ ਜੋ ਪਤਾ ਕੀਤਾ ਵੀ ਉਹਨਾਂ ਲੋਕਾਂ ਦਾ ਇਹ ਕਹਿਣਾ ਵੀ ਜਿੰਨੇ ਕੁ ਪੈਸੇ ਦੇ ਬਣਦੇ ਸੀ ਅਸੀਂ ਮਕਾਨ ਬਣਾ ਦਿੱਤਾ। ਜਦੋਂ ਇਹ ਗੱਲਬਾਤ ਚੱਲੀ ਹਜੇ ਤਾਂ ਇਹ ਗੱਲ ਕਲੀਅਰ ਕਰਾਂਗੇ, ਵੈਸੇ ਕੋਸ਼ਿਸ਼ ਕਰਾਂਗੇ ਵੀ ਇਹ ਜਿਹੜੀ ਗੱਲ ਕਲੀਅਰ ਹੋਵੇ ਵੀ ਇਹਦਾ ਹੱਕ ਕਿੱਥੇ ਗਿਆ, ਕਿਉਂਕਿ ਕਾਫੀ ਚਿਰ ਉਹ ਉੱਥੇ ਰਿਹਾ ਤੇ ਉਹਨੂੰ ਯੂਜ਼ ਕਰਦੇ ਰਹੇ ਨੇ ਇੰਟਰਨੈਟ ਦੇ ਉੱਤੇ ਐਜ਼ ਏ ਮਸਖਰਾ ਕਹਿ ਲਓ, ਅਜੇ ਹਾਸੇ ਵਾਲਾ ਚਿਹਰਾ ਕਹਿ ਲਓ, ਜਾਂ ਜੋ ਵੀ ਤੁਸੀਂ ਯੂਜ਼ ਕਹਿ ਸਕਦੇ ਹੋ ਕਹਿ ਲਓ, ਕਿਉਂਕਿ ਉਸ ਸਮੇਂ ਤਾਂ ਉਹਨੂੰ ਮੂਰਖੀ ਬਣਾਇਆ ਜਾ ਰਿਹਾ ਸੀ ਬੱਚੇ ਨੂੰ। ਪਰ ਇੱਕ ਬਹੁਤ ਵੱਡਾ ਸਵਾਲ ਹੈ ਤੁਹਾਡੇ ਅੱਗੇ, ਉਹਨੇ ਇਹ ਗੱਲ ਕਹੀ ਕਿ ਮੇਰੇ ਕਕਾਰ ਲਵਾ ਤੇ ਸੀ, ਕਕਾਰ ਕਿਹਨੇ ਲਵਾਏ ਜੀ ਇਹਦੇ? ਕਕਾਰ ਲਵਾ ਤੇ ਸੀ ਇਹਦੇ ਪਿੰਡ ਦੇ ਵਿੱਚ ਹੀ ਉਸ ਬੰਦਿਆਂ ਨੇ, ਜਿੰਨਾ ਕੁ ਮੈਨੂੰ ਹੁਣ ਮੈਂ ਪਤਾ ਲਾਇਆ ਵਾ, ਜੇ ਮੈਨੂੰ ਕਲੀਅਰ ਨਹੀਂ ਹੋਇਆ ਕਿੰਨੇ ਲਵਾਏ, ਪਰ ਇੰਨਾ ਪਤਾ ਲੱਗਾ ਵੀ ਇਹਦੇ ਪਿੰਡ ਦੇ ਹੀ ਕੋਈ ਹੈਗੇ ਸੀ ਸੱਜਣ ਜਿਹਨਾਂ ਨੇ ਕਕਾਰ ਲਵਾਏ ਸੀ, ਜਿੰਨਾ ਕੁ ਮੈਨੂੰ ਪਤਾ ਲੱਗਿਆ ਜੀ। ਮੈਂ ਉਹਨੂੰ ਕੱਲ ਪੁੱਛਿਆ ਵੀ ਚੰਗੀ ਤਰ੍ਹਾਂ, ਪਰ ਮੈਂ ਤੁਹਾਨੂੰ ਦੱਸਿਆ ਨਾ ਵੀ ਇੱਕੋ ਗੱਲ ਕਰਕੇ ਉਹ ਬਾਅਦ ਅਗਲੀ ਗੱਲ ਕਰਦਾ, ਉਸ ਗੱਲ ਨੂੰ ਦੁਬਾਰਾ ਰਿਪੀਟ ਨਹੀਂ ਕਰਦਾ ਜਾਂ ਕਰਦਾ ਕਰੀ ਜਾਂਦਾ, ਉਸ ਚੰਗੇ ਤਰੀਕੇ ਨਾਲ ਉਹ ਦੱਸ ਨਹੀਂ ਸਕਿਆ ਤੇ ਸ਼ਾਇਦ ਮੈਂ ਪੁੱਛ ਵੀ ਨਹੀਂ ਸਕਿਆ, ਕੋਸ਼ਿਸ਼ ਬੜੀ ਕੀਤੀ ਮੈਂ। ਪਰ ਇਹ ਕੀ ਹੈ, ਠੀਕ ਹੈ ਭਾਈ ਸਾਹਿਬ ਕਿਸੇ ਦੇ ਕਕਾਰ ਇੰਜ ਲਵਾ ਦੇਣੇ? ਤੁਸੀਂ ਯਕੀਨ ਕਰਿਓ ਇੱਕ ਬੰਨੇ ਆਪਾਂ ਨੂੰ ਕਹੀ ਜਾਂਦੇ ਨਾ ਸਿਧਰਾ ਵਾ ਮੈਂਟਲ ਆ, ਜਦੋਂ ਉਹਨੇ ਇਹ ਗੱਲ ਕਹੀ ਨਾ ਕਿ ਤੂੰ ਮੇਰੇ ਕਕਾਰ ਲਵਾਏ ਉਹਨਾਂ ਨੇ, ਤੇ ਮੇਰਾ ਮੇਰੇ ਮਾਂ ਪਿਓ ਬਹੁਤ ਰੋਏ, ਤੇ ਕਹਿੰਦਾ ਮੈਂ ਉਹਨਾਂ ਨੂੰ ਇਹ ਗੱਲ ਕਹੀ ਵੀ ਕਕਾਰ ਲਵਾ ਲੈਣਗੇ ਤੇ ਮੇਰੇ ਢਿੱਡ ਵੀ ਪਾੜ ਦੇਣਗੇ, ਜਿਹੜਾ ਚੂੜਾ ਨਿਕਲ ਗਿਆ ਮੇਰੇ ਉਹ ਕਿਵੇਂ ਨਿਕਲ ਜੂਗਾ। ਦੇਖੋ ਕਿੰਨੀ ਸਿਆਣੀ ਗੱਲ ਕਰਦੀ ਹੈ ਗੋਨੇ, ਕਿੰਨੀ ਡੂੰਘੀ ਕਰਦੀ ਆ ਵੀ ਜਿਹੜਾ ਵਾ ਮੇਰੇ ਅੰਦਰੋਂ ਚੂੜਾ ਨੀ ਨਿਕਲ ਜਾਣਾ ਉਹਨਾਂ ਮਰਦ ਦਾ, ਬਿਲਕੁਲ ਅਸੀਂ ਵੀ ਇਹ ਤੁਹਾਨੂੰ ਅਪੀਲ ਕਰਦੇ ਹਾਂ ਜੇਕਰ ਸਾਡੀ ਕਿਸੇ ਤਰ੍ਹਾਂ ਦੀ ਮਦਦ ਦੀ ਲੋੜ ਹੈ SMTV ਵੱਲੋਂ
ਇਸ ਬੱਚੇ ਦਾ ਜੇ ਇਲਾਜ ਕਰਾਉਣਾ ਹੈ ਜਾਂ ਕੋਈ ਕਾਉਂਸਲਿੰਗ ਦੀ ਲੋੜ ਹੈ ਜਾਂ ਕਿਸੇ ਸਾਈਕੈਟ੍ਰਿਸਟ ਨੂੰ ਦਿਖਾਉਣਾ ਹੈ, ਤੁਹਾਨੂੰ ਕੀ ਲੱਗਦਾ ਹੈ ਕਿ ਇਹਨੂੰ ਹੁਣ ਕਾਉਂਸਲਿੰਗ ਦੀ ਲੋੜ ਹੈ, ਇਲਾਜ ਦੀ ਲੋੜ ਹੈ? ਸਭ ਤੋਂ ਪਹਿਲਾਂ ਉਹਨੂੰ ਲੋੜ ਆ ਉਸ ਮਾਹੌਲ ਚੋਂ ਕੱਢਣ ਦੀ ਜਿਸ ਮਾਹੌਲ ਦੇ ਵਿੱਚ ਉਹ ਰਹਿ ਰਿਹਾ, ਕਿਉਂਕਿ ਉਸ ਮਾਹੌਲ ਦੇ ਵਿੱਚ ਉਹਦਾ ਡਿਪਰੈਸ਼ਨ ਤੇ ਉਹਦੀ ਚਿੜਚਿੜਾਪਣ ਵੱਧਦਾ ਜਾਣਾ ਜੀ। ਆਪਾਂ 100 ਕਹਿ ਲਈਏ ਕੋਈ ਨਾਚ ਭਾਸ਼ਾ ਦਾ ਮਜ਼ਾਕ ਕਰੇ ਉਹਨੂੰ, ਪਰ ਲੋਕਾਂ ਨੇ ਵੀ ਹਟਣਾ, ਉਹਦੇ ਨਾਲ ਕਿਸੇ ਨਾ ਕਿਸੇ ਤਰੀਕੇ ਨਾਲ ਟ੍ਰੀਟ ਹੋਣਾ। ਤੋਂ ਮੈਨੂੰ ਲੱਗਦਾ ਪਹਿਲਾਂ ਉਹਨੂੰ ਉਸ ਮਾਹੌਲ ਚੋਂ ਕੱਢ ਕੇ ਚੰਗੇ ਮਾਹੌਲ ਦੇ ਵਿੱਚ ਜਿੱਥੇ ਉਹਨੂੰ ਪ੍ਰੇਮ ਪਿਆਰ ਮਿਲੇ, ਜਿੱਥੇ ਉਹਨੂੰ ਝਿੜਕਾਂ ਗਾਲਾਂ ਨਾ ਮਿਲ, ਕਿਉਂਕਿ ਉਹ ਦਿਹਾੜੀ ਜਾਂਦਾ ਲਾ ਲਓ ਉੱਥੇ ਪਿੰਡ ਦੇ ਵਿੱਚ ਛੋਟਾ ਮੋਟਾ ਕੋਈ ਨਾਲ ਲੈ ਜਾਂਦਾ ਉਹਨੂੰ, ਹਨਾ 100-200 ਰੁਪਇਆ ਦੇ ਦਿੰਦਾ ਜੀ। ਬਟ ਜਿਹੜਾ ਉੱਥੇ ਟ੍ਰੀਟ ਕੀਤਾ ਜਾਂਦਾ ਉਹ ਮੈਨੂੰ ਲੱਗਿਆ ਵੀ ਕਿਤੇ ਨਾ ਕਿਤੇ ਉਹ ਵੀ ਕਾਰਨ ਆ ਵੀ ਜਿਵੇਂ ਤੁਹਾਨੂੰ ਪਤਾ ਪਿੰਡਾਂ 'ਚ ਆਮ ਕਿਵੇਂ ਸੰਬੋਧਨ ਕੀਤਾ ਜਾਂਦਾ ਮਾੜੇ ਜਿਹੇ ਬੰਦੇ ਨੂੰ, ਜਿਹੜੀ ਜਿਹਦੀ ਕੋਈ ਸੁਣਵਾਈ ਨਾ ਆਉਂਦੀ ਹੋਵੇ, ਜਿਹਨੂੰ ਕੋਈ ਪੁੱਛਦਾ ਨਾ ਹੋਵੇ। ਸੋ ਮਹਾਰਾਜ ਦੀ ਕਰੇ ਅਰਦਾਸ ਬੇਨਤੀ ਹੈ ਜੀ, ਕੋਸ਼ਿਸ਼ ਕਰਾਂਗੇ ਵੀ ਜੇ ਸਾਡੇ ਕੋਲ ਮਹਾਰਾਜ ਨੇ ਸੇਵਾ ਲਈ ਵੀ ਉਹਨੂੰ ਕੋਈ ਚੰਗੇ ਮਾਹੌਲ ਦੇ ਵਿੱਚ, ਜਿਵੇਂ ਗੁਰਬਾਣੀ ਪ੍ਰਤੀ ਬਹੁਤ ਪ੍ਰੇਮ ਹੈ ਉਹਦਾ, ਪਰ ਥੋੜ੍ਹਾ ਜਿਹਾ ਅਜੇ ਕਿਉਂਕਿ ਉਹ ਇੰਨਾ ਸਟੇਬਲ ਨਹੀਂ ਹੈਗਾ, ਜੇ ਗੁਰਬਾਣੀ ਕਹਿੰਦਾ ਵਾ ਅਸੀਂ ਸੰਥਿਆ ਕਰਾਓ ਮੈਨੂੰ, ਮੈਂ ਸੰਥਿਆ ਕਰਨੀ ਚਾਹੁੰਦਾ ਵਾਂ, ਮੈਨੂੰ ਗੁਰਬਾਣੀ ਪੜ੍ਹਾਓ, ਮੈਂ ਪਾਠ ਕਰਿਆ ਕਰਨਾ ਵਾਂ। ਸੋ ਬੜਾ ਪ੍ਰੇਮ ਹੈ ਉਹਨੂੰ ਗੁਰਬਾਣੀ ਨਾਲ, ਗੁਰੂ ਸਾਹਿਬ ਨਾਲ। ਮੈਂ ਫਿਰ ਬੇਨਤੀ ਕਰਾਂਗੇ, ਜਿਵੇਂ ਕਲਿੱਪ ਦੀ ਗੱਲ ਕਰ ਰਹੇ ਹੋ ਤੁਸੀਂ ਵੀ, ਮੈਂ ਉੱਥੇ ਹੀ ਆ ਰਿਹਾ ਸੀ ਜਦੋਂ ਤੁਸੀਂ ਗੱਲ ਸ਼ੁਰੂ ਕੀਤੀ ਤਾਂ ਤੁਹਾਡੀ ਆਵਾਜ਼ ਠੀਕ ਨਹੀਂ ਪਹੁੰਚੀ ਸੀ ਦਰਸ਼ਕਾਂ ਤੱਕ, ਦੁਬਾਰਾ ਦੱਸ ਦਿਓ। ਜਿਹੜੀ ਇੱਕ ਕ੍ਰਿਪ ਵਾਇਰਲ ਹੋ ਰਹੀ ਹੈ ਇੱਕ ਨਿੱਜੀ ਚੈਨਲ ਦੀ, ਜਿੱਥੇ ਆਪ ਕਹਿ ਰਿਹਾ ਵੀ ਮੈਂ ਗ੍ਰੰਥੀ ਦੀ ਪੱਗ ਲਾਤੀ ਤੇ ਮੈਂ ਤਲਵਾਰ ਲੈ ਗਿਆ ਸੀ, ਕੀ ਵਾਕਈ ਕੋਈ ਪੱਗ ਲਾਈ ਇਹਨੇ? ਦੇਖੋ ਜੇ ਤਾਂ ਇਹ ਗੱਲ ਹੋਈ ਹੁੰਦੀ ਤੇ ਸੁਭਾਵਕ ਆ, ਜਦੋਂ ਅਸੀਂ ਕੱਲ ਪਿੰਡ ਗਏ ਆ, ਪਿੰਡ ਦੀ ਸਾਰੀ ਪੰਚਾਇਤ ਸਾਡੇ ਨਾਲ ਖੜੀ ਆ, ਬਾਪੂ ਅੰਮ੍ਰਿਤਪਾਲ ਸਿੰਘ ਜੀ ਨੇ ਪੰਚਾਇਤ ਵਿੱਚ ਖੜ ਕੇ ਵੀਡੀਓ ਵੀ ਬਣਾਈ ਆ, ਸੰਗਤ ਨੂੰ ਵੀ ਬੇਨਤੀ ਕੀਤੀ ਤੇ ਮੀਡੀਆ ਨੂੰ ਵੀ ਬੇਨਤੀ ਕੀਤੀ ਕਿ ਹੁਣ ਇਸ ਮੁੱਦੇ ਨੂੰ ਨਾ ਉਛਾਲਿਆ ਜਾਵੇ, ਕਿਉਂਕਿ ਪਿੰਡ ਵਾਲੇ ਕਹਿੰਦੇ ਚਾਹੁੰਦੇ ਸੀ ਵੀ ਤੁਸੀਂ ਇਹ ਬੇਨਤੀ ਕਰ ਦਿਓ ਸਭ ਨੂੰ, ਜਦੋਂ ਅਸੀਂ ਰਾਜੀਨਾਮਾ ਹੀ ਕਰਾਤਾ ਦੋਵਾਂ ਘਰਾਂ ਦਾ। ਤੇ ਜੇਕਰ ਪਰ ਉੱਥੇ ਗੱਲ ਕੋਈ ਏਦਾਂ ਦੀ ਹੁੰਦੀ ਤੇ ਸੁਭਾਵਕ ਹੈ ਜੀ, ਉਹ ਜਿਹਨਾਂ ਦੀ ਜੇ ਕਹਿ ਰਹੇ ਹੋ ਕਿ ਉਹ ਪਾਠੀ ਸਿੰਘ ਦੀ ਗੱਲ ਤੇ ਉਹ ਜ਼ਰੂਰ ਕਹਿੰਦੇ ਵੀ ਇਹਨੇ ਮੇਰੀ ਪੱਗ ਲਾਈ ਹੈ। ਹਾਂ ਜੇ ਉਹਨਾਂ ਨੇ ਇਹ ਕਹਿਤਾ ਵੀ ਮੇਰੇ ਘਰ ਰੋੜੇ ਮਾਰੇ ਨੇ, ਮੇਰੇ ਘਰ ਕਿਰਪਾਨ ਮਾਰੀ ਆ, ਮੈਨੂੰ ਗਾਲਾਂ ਕੱਢੀਆਂ, ਤੇ ਫਿਰ ਉਹਨਾਂ ਨੂੰ ਇਹ ਗੱਲ ਕਹਿਣ 'ਚ ਕੀ ਮੁਸ਼ਕਲ ਸੀ ਵੀ ਮੇਰੀ ਪੱਗ ਹੀ ਲਾਈ, ਪਰ ਉਹਨਾਂ ਨੇ ਸਾਡੇ ਨਾਲ ਕੋਈ ਏਦਾਂ ਦੀ ਗੱਲ ਨਹੀਂ ਕੀਤੀ। ਤੇ ਦੂਸਰੀ ਬੇਨਤੀ ਵੀ ਜੇਕਰ ਮੰਨ ਲਓ ਇੱਕ ਮਿੰਟ ਵਾਸਤੇ ਵੀ ਉੱਥੇ ਸਾਨੂੰ ਪਤਾ ਹੁੰਦਾ ਇਸ ਗੱਲ ਦਾ ਕਿ ਇਹਨੇ ਪੱਗ ਲਾਹੀ ਆ, ਤੇ ਯਕੀਨ ਕਰਿਓ ਅਸੀਂ ਉਹਦੇ ਕੋਲ ਨੱਕ ਨਾਲ ਕੀੜਾ ਕਢਾ ਕੇ ਮਾਫ਼ੀ ਮੰਗਾਉਂਦੇ, ਭਾਵੇਂ ਉਹ ਸਟੇਬਲ ਸੀ ਭਾਵੇਂ ਅਨਸਟੇਬਲ ਸੀ, ਕਿਉਂਕਿ ਦਸਤਾਰ ਦੇ ਮਾਮਲੇ ਤਾਂ ਗਏ ਆ, ਕੇਸਾਂ ਕਰਕੇ ਤਾਂ ਗਏ ਉੱਥੇ, ਮੁੱਖ ਮੰਤਰੀ ਕਰਕੇ ਥੋੜ੍ਹੀ ਗਏ ਅਸੀਂ, ਮੁੱਖ ਮੰਤਰੀ ਨੂੰ ਅਸੀਂ ਜਾਣਦੇ ਨਹੀਂ ਨਾ ਕੌਣ ਆ, ਕੋਈ ਆਮ ਘਰ ਦਾ ਬੱਚਾ ਵਾ, ਠੀਕ ਹੈ ਕਿਸੇ ਸਮ ਤੇ ਸੋਸ਼ਲ ਮੀਡੀਆ ਉੱਤੇ ਕੋਈ ਮਾੜਾ ਮੋਟ ਸੀ, ਪਰ ਅਸੀਂ ਤਾਂ ਗਏ ਉਹਦੀ ਕੇਸਾਂ ਕਰਕੇ, ਅਸੀਂ ਗਏ ਉਸ ਬਰੂਟਲ ਤਰੀਕੇ ਨੂੰ ਕੁੱਟਿਆ ਗਿਆ ਜਿਹੜਾ ਉਹਨਾਂ ਨੇ ਜ਼ੁਲਮ ਕੀਤਾ ਗਿਆ ਵੈਸ਼ੀ ਨਾਲ ਢੰਗ ਦਿੱਤੇ। ਇਹ ਤਾਂ ਕਲਿੱਪ ਛੋਟੀ ਜਿਹੀ ਵਾਇਰਲ ਹੋਈ ਹੈ ਜੀ, ਜਿਹੜੀ ਉਹਨੂੰ ਕੁੱਟ ਰਹੇ ਨੇ, ਕਾਫੀ ਸਮੇਂ ਤੱਕ ਉਹਦੇ ਨਾਲ ਇਹ ਕੁਛ ਹੋਇਆ, ਕਿਉਂਕਿ ਸਾਰੀ ਵੀਡੀਓ ਸ਼ਾਇਦ ਮੈਨੂੰ ਲੱਗਦਾ ਨਹੀਂ ਕਿਸੇ ਨੇ ਅੱਗੇ ਪਾਈ ਹੋਊਗੀ, ਹੋਊਗੀ ਪਿੰਡਾਂ ਬੰਦਿਆਂ ਕੋਲ, ਪਰ ਕਾਫੀ ਸਮਾਂ ਉਹਨੂੰ ਉਹਦੇ ਨਾਲ ਧੂਕ ਸੀ ਰਿਕਸ਼ੇਤਰ ਡਾਂਗ ਲੱਤਾਂ ਮੁੱਕੇ ਕੇਸਾਂ ਤੋਂ ਫੜ ਕੇ ਧੂਣਾ, ਫਿਰ ਗੱਡੀ ਵਿੱਚ ਸੁੱਟ ਕੇ ਲੈ ਕੇ ਗਏ, ਅਜੇ ਉਹ ਚੀਜ਼ ਨੀ ਸਾਹਮਣੇ ਆਈ ਕੋਈ ਵੀ ਵੀਡੀਓ, ਜਦੋਂ ਗੱਡੀ ਸੁੱਤਿਆ ਕਿਵੇਂ ਸੁੱਤਿਆ ਹੋਊਗਾ, ਜਿਵੇਂ ਕਿ ਉਹ ਕਹਿ ਰਹੇ ਜਾਂਦਾ ਨੀ ਸੀ ਹਨਾ, ਤੇ ਜੇ ਜਾਂਦਾ ਨੀ ਸੀ ਤਾਂ ਮਤਲਬ ਫਿਰ ਉਹਨੂੰ ਤੁਸੀਂ ਕੇਸਾਂ ਤੋਂ ਧੂ ਕੇ ਲੱਤਾਂ ਬਾਹਾਂ ਤੋਂ ਫੜ ਸਕੇ ਉਹਨੇ ਗੱਡੀ ਵਿੱਚ, ਕਿਹੜਾ ਇੱਦਾਂ ਜੁਰਮ ਕਰਤਾ ਸੀ ਉਹਨੇ, ਕਿਸੇ ਦੇ ਘਰ ਚ ਰੋਲੇ ਮਾਰੇ, ਉਹਨੇ ਤੁਹਾਨੂੰ ਕੰਪਲੇਂਟ ਕੀਤੀ, ਤੁਸੀਂ ਆ ਕੇ ਉਹਨੂੰ ਚੱਕ ਕੇ ਥਾਣੇ ਲੈ ਜਾਂਦੇ ਜੀ। ਅੱਛਾ ਦੂਸਰੀ ਬੇਨਤੀ, ਜੇ ਦਸਤਾਰ ਨਹੀਂ ਹੁੰਦੀ ਜੀ ਬਾਬਾ ਜੀ ਦੀ, ਤੇ ਫਿਰ ਬਾਬਾ ਜੀ ਨੇ ਜੋ ਸ਼ਿਕਾਇਤ ਕੀਤੀ ਸੀ ਥਾਣੇ, ਉਹ ਚ ਦਸਤਾਰ ਦਾ ਵੀ ਜ਼ਿਕਰ ਹੁੰਦਾ? ਬਿਲਕੁਲ ਬਿਲਕੁਲ ਬਿਲਕੁਲ, ਬਾਬਾ ਜੀ ਨੇ ਬੁਝਿਆ, ਬਾਬਾ ਜੀ ਤਾਂ ਜਦੋਂ ਇਹਨੇ ਬਿਆਨ ਦਿੱਤਾ ਹੋਣਾ ਸ਼ਾਇਦ ਇਹ ਆਪਦੇ ਹੀ ਸੈਂਸਸ ਚ ਨਹੀਂ ਹੈ ਕਿ ਇਹ ਕਹਿ ਜਾਂਦਾ ਕੀ ਬੋਲ ਜਾਂਦਾ,
ਸ਼ਾਇਦ ਇਹ ਉਦੋਂ ਇਹ ਗੱਲ ਇਸ ਤਰ੍ਹਾਂ ਦੀ ਕਰ ਗਿਆ ਉਸ ਚੈਨਲ ਦੇ ਉੱਤੇ, ਜਿਹੜਾ ਹੁਣ ਬਹੁਤ ਸਾਰੇ ਲੋਕ ਜਿਹੜੇ ਨੇ ਬੜੇ ਪੰਥ ਵਿਰੋਧੀਆਂ ਨੂੰ ਮੌਕਾ ਵੀ ਮਿਲਿਆ ਕਿ ਉਹ ਸਵਾਦ ਲੈ ਕੇ ਉਸ ਬਿਆਨ ਨੂੰ ਹੁਣ ਵਾਇਰਲ ਕਰ ਰਹੇ ਹੈ। ਮੈਂ ਕਦੀ ਕਰਾਂ ਮੰਗਰਦਾਰ ਕੋਈ ਇਹਦੇ ਨਵਾਂ ਲੱਗ ਨੂੰ ਪਤਾ ਹੀ ਆ ਕਿ ਜਿਹੜਾ ਸਿਸਟਮ ਆਪਣਾ ਚੱਲ ਰਿਹਾ ਇੱਥੇ ਕੁਛ ਆਪੂ ਬਣੇ ਬੰਦ ਚੈਨਲ ਕੁਛ ਆਪੂ ਬਣੇ ਆ ਕੁਛ ਓਦਾਂ ਦੇ ਲੋਕ ਜਿਹਨਾਂ ਦਾ ਕੰਮ ਸਿਰਫ ਸਿਰਫ ਅੱਗ ਲਾਉਣਾ ਹੀ ਆ, ਕੋਈ ਸਿਆਣੀ ਗੱਲ ਕਰਨੀ ਨਹੀਂ ਹੈਗੀ, ਉਹਨਾਂ ਨੇ ਕਰੀ ਜਾਣਾ ਤੇ ਇਹ ਚੱਲਦਾ ਰਹਿਣਾ, ਇਹ ਬੰਦ ਨਹੀਂ ਹੋਣਾ। ਇਹ ਗਾਂਹ ਵੀ ਲੋਕ ਏਦਾਂ ਹੀ ਕਰਦੇ ਰਹਿਣਗੇ, ਇਹਨਾਂ ਨੂੰ ਪਾਸੇ ਰੱਖਦੇ ਆ। ਗੱਲ ਇਹ ਕਰਦੇ ਆ ਵੀ ਤੁਸੀਂ ਉਹ ਜਦੋਂ ਦੇਖੀ ਵੀਡੀਓ ਸਭ ਤੋਂ ਪਹਿਲਾਂ ਕੁੱਟ ਪੈਂਦੇ ਆ ਜੀ, ਸਾਡੇ ਦਿਮਾਗ ਕੀ ਆਇਆ ਤੇ ਤੁਸੀਂ ਕੀ ਬੋਲਿਆ ਉਹ ਸਾਹਮਣੇ ਪ੍ਰਗਟ ਆ ਨਾ ਜੀ। ਅਸੀਂ ਜ਼ਿੰਮੇਵਾਰ ਸੇਵਾਦਾਰ ਹਾਂ, ਸਾਨੂੰ ਨੀ ਪਤਾ ਅਸੀਂ ਜਿਹੜਾ ਕਾਰਜ ਕਰਾਂਗੇ ਅਸੀਂ ਉੱਥੇ ਜਵਾਬ ਦੇ ਹਾਂ। ਜੇਕਰ ਇੱਕ ਤਿਲਕਾ ਮਾਤਰ ਵੀ ਦਸਤਾਰ ਦੀ ਗੱਲ ਉੱਥੇ ਹੋਈ ਹੁੰਦੀ, ਬਾਪੂ ਜੀ ਨੇ ਸਾਨੂੰ ਗ੍ਰੰਥੀ ਸਿੰਘ ਨੇ ਜਿਹਨਾਂ ਨਾਲ ਝਗੜਾ ਹੋਇਆ ਇਹਦਾ ਇੱਕ ਵਾਰੀ ਵੀ ਕਿਹਾ ਹੁੰਦਾ ਤੇ ਉਹਦਾ ਤੁਹਾਨੂੰ ਉੱਥੇ ਜਵਾਬ ਮਿਲਦਾ, ਉਹ ਸੰਗਤੀ ਨੂੰ ਸਭ ਕੁਛ ਹੋ ਜਾਂਦਾ, ਵੀਡੀਓ ਪੈਂਦੀ ਤੇ ਉਹਦੇ ਕੋਲੋਂ ਮਾਫ਼ੀ ਮੰਗਦਾ। ਉਹ ਮਾਫ਼ੀ ਉਹਨੇ ਫਿਰ ਵੀ ਮੰਗੀ ਆ, ਪਰ ਮਾਫ਼ੀ ਉੱਥੇ ਸ਼ਹਿਰ ਦਾ ਸਭ ਤੋਂ ਵੱਡੀ ਗੱਲ। ਜਦੋਂ ਇਹ ਸਾਰਾ ਪਹਿਰਾ ਹੋਇਆ ਇਹ ਉੱਥੇ ਬਾਪੂ ਜੀ ਨੇ ਭਾਈ ਅਮਰਪਾਲ ਸਿੰਘ ਬਾਪੂ ਜੀ ਨੇ ਕਿਹਾ ਵੀ ਤੂੰ ਮਾਫ਼ੀ ਮੰਗ, ਸਾਰਾ ਪੁੱਤ ਛੋਟਾ ਵਾ। ਤੇ ਜਦੋਂ ਮਾਫ਼ੀ ਮੰਗਣ ਲੱਗਾ ਬਾਜੀ, ਉਦੋਂ ਵੀ ਤਾਂ ਕੋਈ ਕਹਿ ਸਕਦਾ ਸੀ ਨਾ ਵੀ ਬਾਬਾ ਜੀ ਤੋਂ ਪਾਗਲ ਨੂੰ ਮਾਫ਼ੀ ਮੰਗਾਓ ਜੇ ਪਾਗਲ ਸੀ ਹੁੰਦੀ ਤੇ ਜੀ ਮਿਹਰਬਾਨੀ। ਏਦਾਂ ਦਾ ਦੇਖੋ ਸਾਡੇ ਸਾਹਮਣੇ ਕੋਈ ਇੰਸੀਡੈਂਟ ਨਹੀਂ ਆਇਆ ਵੀਰ ਜੀ। ਮੈਂ ਸੰਗਤ ਨੂੰ ਬੇਨਤੀ ਕਰਾਂ, ਉਹ ਮੈਂਟਲੀ ਪ੍ਰਪੇਅਰ ਨਹੀਂ ਹੈਗਾ ਬੱਚਾ, ਉਹਨੂੰ ਨਹੀਂ ਪਤਾ ਉਹ ਕਿਹੜੀ ਗੱਲ ਕਰ ਰਿਹਾ ਕੀ ਕਰ ਰਿਹਾ, ਕਹਿ ਸਕਦੇ ਕਿ ਉਹਦੀ ਦਿਮਾਗੀ ਹਾਲਤ ਠੀਕ ਨਹੀਂ ਹੈ। ਇੱਕ ਕਲਿੱਪ ਹੋਰ ਉਹਦੀ ਨੈਟ ਤੇ ਚੱਲ ਰਹੀ ਹੈ ਜੀ, ਤੁਸੀਂ ਹੁਣ ਕਾਫੀ ਉਹਦੀਆਂ ਚੈਨਲਾਂ ਵਾਲੇ ਇੰਟਰਵਿਊ ਲਈਆਂ ਨੇ, ਉਹ ਚੋਂ ਕੀ ਕਹਿ ਰਿਹਾ ਵਾ ਕਿ ਉਹਨੇ ਸਵਾਲ ਕੀਤਾ ਪੱਤਰਕਾਰ ਨੇ ਵੀ ਜੇ ਤੈਨੂੰ ਕੱਲ ਨੂੰ ਕੋਈ ਫਿਰ ਯਾਦ ਕਰੂਗਾ ਤੇ ਕੀ ਕਰੇਗਾ, ਕਹਿੰਦਾ ਫਿਰ ਮੈਂ ਤਲਵਾਰ ਲਿਆਉਂਗਾ ਵੱਢੂੰਗਾ ਸਰ ਨੂੰ, ਮਤਲਬ ਕੀ ਕਰੋਗੇ ਤੁਸੀਂ ਕਿੱਥੇ ਰੱਖੋਗੇ ਉਹਨੂੰ। ਸੋ ਉਹਨੂੰ ਸਾਂਭਣ ਦੀ ਲੋੜ ਆ, ਮੈਨੂੰ ਲੱਗਦਾ ਵੀ ਇੱਕ ਐਜ ਏ ਮੈਂ ਇਨਸਾਨ ਹੋਣ ਦੇ ਨਾਤੇ ਉਸ ਬੱਚੇ ਨੂੰ ਸਾਂਭਣ ਦੀ ਲੋੜ ਆ, ਨਹੀਂ ਤੇ ਹੋ ਸਕਦਾ ਵੀ ਉਹਦੀ ਕਿਤੇ ਅਜਾਈ ਏਦਾਂ ਮੌਤ ਨਾ ਹੋ ਜਾਏ ਕਿਤੇ ਜਿੱਦਾਂ ਦੇ ਹਾਲਾਤ ਚ ਉਹ ਵਿਚਰ ਰਿਹਾ। ਬਹੁਤ ਮਿਹਰਬਾਨੀ ਪਰਮਜੀਤ ਸਿੰਘ ਅਕਾਲੀ ਜੀ, ਤੁਸੀਂ ਬੜਾ ਵਧੀਆ ਰੋਲ ਨਿਭਾ ਰਹੇ ਹੋ ਔਰ ਉਮੀਦ ਕਰਦੇ ਹਾਂ ਕਿ ਇਸ ਬੱਚੇ ਦੀ ਕਾਉਂਸਲਿੰਗ ਹੋਵੇ, ਇਹਨੂੰ ਸਾਈਕੈਟ੍ਰਿਸਟ ਕੋਲੇ ਦਿਖਾਇਆ ਜਾਵੇ ਔਰ ਜੇਕਰ ਕਿਸੇ ਤਰ੍ਹਾਂ ਦੀ ਜ਼ਰੂਰਤ ਹੈ ਤਾਂ ਅਸੀਂ ਵੀ ਨਿੱਜੀ ਤੌਰ ਤੇ, ਮੈਂ ਵੀ, ਅਦਾਰਾ ਵੀ ਔਰ ਬਾਕੀ ਵੀ ਸ਼ਖਸੀਅਤਾਂ ਤੁਹਾਡੇ ਵਰਗੀਆਂ ਨਾਲ ਖੜੀਆਂ ਨੇ, ਪਰਿਵਾਰ ਨੂੰ ਵੀ ਜੇਕਰ ਲੋੜ ਹੈ ਤਾਂ ਇਸ ਬੱਚੇ ਦਾ ਸਾਥ ਦਿੱਤਾ ਜਾਵੇ। ਧੰਨਵਾਦ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।